ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ। ਇੱਕ ਆ ਪਲੋ ਮਾਰਦੇ ਹਨ ਭਰਾ ਅਤੇ ਮੈਨੂੰ ਲੱਗਾ ਪਤਾ ਮੈਂ ਚੱਲ ਵੀਡੀਓ ਬਣਾਉਂਦੇ ਹਾਂ। ਜੋ ਵੀ ਕਰਦੇ ਪਏ ਨੇ ਆਪਣੇ ਹਿਸਾਬ ਨਾਲ ਕਰਦੇ ਪਏ ਨੇ, ਇਹਦੇ 'ਚ ਮੇਰਾ ਕੋਈ ਰੋਲ ਨਹੀਂ। ਮੈਂ ਸਿਰਫ ਵੀਡੀਓ ਬਣਾਉਂਦੇ ਹਾਂ, ਆਪਣੇ ਦਿਮਾਗ ਨਾਲ ਚੱਲਦੇ ਪਏ ਨੇ ਅਤੇ ਬਿਨਾਂ ਡਿਸਟ੍ਰੀਬਿਊਟਰ ਤੋਂ ਪਲੋ ਫੇਰਨ ਲੱਗੇ ਨੇ। ਚਾਰ ਸਪੇਰੇ ਦੇ ਘੇਰੇ ਲੋਟ ਅਤੇ ਟਰੈਕਟਰ ਦੇ ਅੱਗੇ ਟਰੈਕਟਰ ਪਾਉਣ ਲੱਗੇ ਨੇ, ਕਿਉਂਕਿ ਪਿਛਲੇ ਟਰੈਕਟਰ ਦੇ ਟਾਇਰ ਘਸੇ ਨੇ ਅਤੇ ਪੂਰਾ ਖਿੱਚਦਾ ਨੀਗਾ ਪਿਆ। ਉਹ ਜਿਹੜਾ ਹੈ ਉਹ ਥੋੜ੍ਹਾ ਜ਼ਿਆਦਾ ਖਚਕਿਆ ਅਤੇ ਉਹ ਵੀ ਪੂਰਾ ਇਹਨਾਂ ਦੇ ਦਿਲ 'ਚ ਵੀ ਅਸੀਂ ਹੇਠੋਂ ਪੂਰੀ ਡੂੰਘੀ ਮਿੱਟੀ ਪੱਟਣੀ ਹੈ ਵੀ ਜਿਹੜੀ ਡਾਕਰ ਜ਼ਮੀਨ ਹੈ ਉੱਤੇ ਡਾਢੀ ਜ਼ਮੀਨ ਹੈ ਅਤੇ ਵੀ ਥੱਲੇ ਥੱਲੇ ਰੇਤਲੀ ਮੈਰਾ ਹੈ ਅਤੇ ਵੀ ਥੱਲੋਂ ਮੈਰਾ ਨਿਕਲੇ ਇਹਨਾਂ ਦੀ ਰੇਤਲੀ ਜੀ ਨਿਕਲੇ। ਦੋਵੇਂ ਅਰਜਨ 555 ਨੇ 14 ਨਾਲ ਟਾਇਰਾਂ 'ਚ। ਲਓ ਜੀ ਵੇਖੋ ਹੁਣ ਕਿੰਨੀ ਕੁ ਮਿੱਟੀ ਪਟੀਂਦੀ ਜੀ। ਦੋ ਦੋ ਹੀ ਨੇ ਬਾਈ ਫਰਕ ਹੈ। ਇਹ ਇਕੱਲੇ ਦੋਣ ਕੇ ਜਾਂਦਾ, ਦੋ ਫਿਰ ਵੀ ਲਈ ਜਾਂਦੇ ਨੇ। ਪਰਲਾ ਜ਼ਿਆਦਾ ਖਚ ਗਿਆ ਜਾਂ ਧੂੰਆਂ ਵੇਖ ਸਕਦੇ ਹੋ। ਜ਼ਮੀਨ ਜ਼ਿਆਦਾ ਪੱਕੀ ਜ਼ਮੀਨ ਆ, ਡਾਕਰ ਜ਼ਮੀਨ ਹੈ। ਮੈਰਾ ਜ਼ਮੀਨ ਜਦ ਇਕੱਲਾ ਹੀ ਵੱਧ ਹੁੰਦਾ। ਦੋਵੇਂ ਥੱਲੇ ਨੇ ਕਿੰਨੀ ਕੁ ਡੂੰਘੀ ਲੱਗਣ ਦੀ ਹੈ। ਸਿੱਧੇ ਭੱਜੇ ਫਿਰਦੇ ਨੇ, ਮੋੜਦੇ ਜਾ ਕੇ ਦਿੱਕਤ ਆਉਂਦੀ ਹੈ। ਇਹਨਾਂ ਟੋਚਨ ਵੀ ਸੁਹਾਗੇ ਵਾਲੇ ਕੁੰਡੇ ਪਾਏ ਨੇ ਅਤੇ ਕਿਤੇ ਦੋ ਟਰੈਕਟਰ ਚੱਲਦੇ ਵੇਖਾਂ ਜਦ ਸਵਾਦ ਆਉਂਦਾ ਪਿਆ।
ਦੋਵਾਂ ਵਿੱਚੋਂ ਕਿਸੇ ਟਰੈਕਟਰ ਦਾ ਡਿਸਟ੍ਰੀਬਿਊਟਰ ਨਹੀਂ ਹੈਗਾ। ਸਿੰਗਲ ਡਿਸਟ੍ਰੀਬਿਊਟਰ ਵੀ ਹੁੰਦਾ ਤਾਂ ਵੀ ਚੱਲ ਜਾਣਾ ਸੀ, ਇੱਕ ਪੈਪ ਡਿਸਟ੍ਰੀਬਿਊਟਰ ਚਲਾ ਕੇ ਅਤੇ ਇੱਕ ਪੈਪ ਵਾਪਸੀ ਕਿਧਰੇ ਕਿਧਰੇ ਲਿਫਟ ਟਾਪੇ ਸੱਟ ਕੇ ਆਪਾਂ ਚਲਾ ਸਕਦੇ ਹਾਂ। ਉਹ ਤੇਰਾ ਭਲਾ ਜੀ, ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਬਾਹਰ ਲਿਆ ਇਹਨੂੰ ਬਾਹਰ, ਉਹ ਪਰਲੇ ਨੂੰ ਪਰਾਂ ਖਿੱਚੇਗਾ ਐਵੇਂ ਦੇ। ਇੱਕ ਮਿੰਟ ਖਲੋ, ਮੈਂ ਟੋਜਨ ਕੱਢਦਾ, ਇੱਕ ਮਿੰਟ ਖਲੋ। ਖਲੋਇਆ ਮੈਂ ਇਹਨੂੰ ਕੱਢਣਾ, ਬਾਹਰ ਕੱਢ ਮੈਨੂੰ ਪਹਿਲਾਂ, ਸਿੱਧਾ ਕਰ। ਟਰੈਕਟਰ ਨੂੰ ਮੁੜਦਾ ਕਿਉਂ ਨਹੀਂ? ਪਾਇਆ ਜੇ ਕੁੰਡਾ ਤੇ ਐਵੇਂ ਕੁੰਡੇ ਦੀ ਕੱਢਣ ਬੰਦ ਰਹੋਗੇ। ਸ਼ਕਤੀਮਾਨ ਸ਼ਕਤੀਮਾਨ ਸ਼ਕਤੀਮਾਨ, ਦੋ ਟਰੈਕਟਰ ਦੇ ਸ਼ਕਤੀਮਾਨ ਨਾ ਕਰਾਈ ਜਾਂਦਾ ਨਾ। ਕਿੰਨਾ ਕੁ ਥੱਲੇ ਗਿਆ, ਦਰਜਨ ਫੁੱਟ ਤੋਂ ਉੱਪਰ ਏ। ਟਰੈਕਟਰ ਵੱਡਾ ਹੀ ਚਾਹੀਦਾ ਇਹਦੇ ਵਾਸਤੇ, ਟਰੈਕਟਰ ਵੱਡਾ ਚਾਹੀਦਾ ਇਹਦੇ ਵਾਸਤੇ। ਔਰ ਮਿੱਟੀ ਪਟੀਂਦੀ ਤਾਂ ਬੜੀ ਪਈ ਥੱਲੋਂ, ਮੇਰਾ ਨਿਕਲ ਆਈ ਜਾਣਾ। ਕਰਤਾ ਹੋਈ ਕੰਮ ਜੀ ਤੋਂ ਮੈਂ ਡਰਦਾ ਸੀ, ਸਕੂਟੀ ਚਾਹੀਂ ਲੈ ਕੇ ਉਹਨੂੰ ਫੋਨ ਕਰ, ਉਹਨੂੰ ਆ ਟੋਜਨ ਦੇ ਸਾਡਾ ਹੰਜਰਾਵਾਂ ਕਰਨ ਨੂੰ, ਉਹਨੂੰ ਸਾਡਾ ਟੋਜਨ ਦੇ ਵੀ ਕਿੱਥੇ ਪਿਆ ਜੀ, ਜਾ ਲਿਆ ਤਰਨਾ ਟੋਜਨ ਮੰਗਾਇਆ ਜੀ ਹੁਣ। ਚਲੋ ਬਾਈ ਜੂੰ ਵੀ ਜੂੰ ਹੈ ਹੁਣ ਕੱਢੀ ਨੇ ਮਿੱਟੀ। ਇੱਕ ਹੋਰ ਨਾ ਪਾਲੀ ਅੱਗੇ, ਤਿੰਨ ਜ਼ਿਆਦਾ ਸੌਖੇ ਚੱਲਣਗੇ। ਉਹ ਲਾਟ ਮਾਰਨ ਦੇ ਅਗਲਾ
ਇਹ ਵੀਡੀਓ ਨੂੰ ਮਾੜਾ ਮੋਟਾ ਹਾਸੇ ਮਜ਼ਾਕ 'ਚ ਹੀ ਲਿਆ ਜੀ, ਜ਼ਿਆਦਾ ਸੀਰੀਅਸ ਨਾ ਲਿਆ ਜੋ। ਇਹਦੇ ਇੱਕ ਐਂਟਰਟੇਨਮੈਂਟ ਵਾਸਤੇ ਬਣਾਈ ਵੀਡੀਓ, ਕੋਈ ਇਨਫੋਰਮੇਸ਼ਨ ਵਾਸਤੇ ਨਹੀਂ ਬਣਾਈ। ਅੜਿੰਗਦੇ ਪੈਣ ਦੋਵੇਂ। ਕਲੋ ਜਾ ਮਾੜਾ ਡੰਡਾ ਲੰਮਾ ਕਰ ਉਹਦਾ, ਡੰਡਾ ਮਾੜਾ ਜਿਹਾ ਲੰਮਾ ਕਰ ਇਹਦਾ। ਮਗਰਲਾ ਫਾਲਾ ਘੱਟ ਲੱਗਣ ਨਾ, ਘੱਟ ਲੱਗਦਾ ਪਿਛਲਾ ਫਾਲਾ। ਚੁੱਕੀ ਆ ਵੀ ਚੁੱਕਦੇ, ਆ ਵੀ ਚੁੱਕਦੇ, ਆ ਵੀ ਕੱਢ ਦਈਏ, ਅੜਦਾ ਥੱਲੇ। ਬਸ ਬਸ ਕੱਢੀ ਮਿਲ ਰਹੇ ਨੂੰ, ਬਸ 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 ਹੋਰ ਨਹੀਂ ਚੁੱਕਦੀ। ਬਸ ਫੜ ਲੈ ਨੂੰ, ਆ ਵੀ ਫੜ ਕੇਲੇ ਦਾ, ਪਾਣੀ ਸੀ ਇਹਦੇ ਵਿੱਚ। ਡੰਡਾ ਤਾਂ ਲੰਮਾ ਕਰ, ਕਰੀ ਵੀਰ ਮੜਕ ਮਾਈ ਨੂੰ ਮੁੱਕ ਗਿਆ, ਟਰੈਕਟਰ ਹਵਾ ਲੈ ਗਿਆ। ਕੀ ਆਉਂਦੇ ਨੇ ਪਟੀਪ, ਪਾਕਿਸਤਾਨੀ ਬੁੱਢੇ ਪਟੀਪ ਆਉਂਦੇ ਨੇ ਤੇਲ ਨੂੰ, ਤੇਲ ਨੂੰ ਪਟੀਪ ਆਉਂਦੇ ਨੇ। ਅੱਛਾ, ਕੋਈ ਉਹਨਾਂ ਨੂੰ ਪਿੰਡ ਦੇ ਠੁੱਕ ਕੇ ਪਾਉਂਦਾ, ਪਟੀਪ ਮੁੱਕ ਗਿਆ, ਇੰਜਨ ਧੂਆ ਮਾਰ ਗਿਆ, ਇੰਜਨ ਧੂਆ ਮਾਰ ਕੀ ਕਰਦਾ ਵੱਡਾ। ਆਹੋ ਵੱਡਾ ਕਰਨਾ, ਚੱਲ ਬਸ, ਜ਼ਿਆਦਾ ਨਹੀਂ ਸੀ, ਥੋੜ੍ਹੀ ਫਰਕ ਸੀ। ਮੇਰੇ ਕੋਲ ਕਲਾ ਚੜਦੇ ਤੂੰ ਵੀ ਆ ਤੇਰਾ ਪਲਾ ਜੇ ਤੇਰਾ ਭੰਨ ਦੇਣ ਲੱਗਾ ਸੀ।
ਮਾਰਦਾ ਧੂੰਆਂ। ਤਰੋੜੇਗਾ ਅੱਜ ਕੁਝ ਨਾ ਕੁਝ ਦਾ ਭਿੰਦਰ ਦੇ ਨਾਲ ਕਮੈਂਟ ਵੇਖੀ ਆਉਂਦੇ ਤੂੰ ਨਾ ਦੇ ਸਵਾਦ ਫਿਰ ਚਲੋ ਜੀ ਮੇਰੇ ਵੀਰੋ ਹੁਣ ਇਹਨਾਂ ਨੂੰ ਇਹਨਾਂ ਦਾ ਕੰਮ ਕਰ ਲੈਂਦੀ ਅਤੇ ਆਪਾਂ ਹੁਣ ਆਪਣਾ ਕੰਮ ਜਾ ਕੇ ਵੇਖੀਏ ਆਪਣੀ ਪੈਲੀ ਪੁਲੀ ਵਹੀਏ ਜਾ ਕੇ ਕਿਵੇਂ ਲੱਗੀ ਵੀਡੀਓ ਕਮੈਂਟਾਂ 'ਚ ਦੱਸਿਓ ਜ਼ਰੂਰ।